ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਚੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਅਤੇ ਜਿਹੜੇ ਅੱਖ ਵਿੱਚ ਪੰਜਾਬੀ ਵਿਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਬਾਹੂ ਲਾਲ ਪੰਜਾਬੀ ਜਿਹੜਾ ਅੱਜ ਆਪਣਾ ਪਾਇਆ ਰੌਲਾ ਆਪਾਂ ਪੰਜਾਬੀ ਦੇ ਹੱਕ ਪੰਜਾਬੀ ਦੇ ਹੱਕ ਹਕੂਕ ਬਾਰੇ ਇਹ ਜ਼ਰੂਰ ਆਪਣਾ ਅਸਰ ਦਿਖਾਏਗਾ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਆਪਣਾ ਵੀਰ ਉਮਰ ਅਬਦੁੱਲਾ। ਅੱਜ ਤੁਸੀਂ ਦੇਖਦੇ ਪਏ ਹੋ ਕਿ ਮੇਰੇ ਪਿੱਛੇ ਬੜੀ ਰੌਣਕਾਂ ਹੈ। ਅੱਜ ਅਸੀਂ ਆਏ ਹਾਂ ਲਾਹੌਰ ਪ੍ਰੈਸ ਕਲੱਬ ਦੇ ਅੰਦਰ, ਜਿੱਥੇ ਪੰਜਾਬੀਆਂ ਨੇ ਚਾਹਣ ਵਾਲਿਆਂ ਨੇ ਪੰਜਾਬ ਦੀ ਰੌਣਕ ਨੂੰ ਬਹਾਲ ਕਰਨ ਵਾਸਤੇ ਇੱਕ ਮੇਲਾ ਸਜਾਇਆ ਅਤੇ ਉੱਥੇ ਅੰਦਰ ਛੋਟੇ ਛੋਟੇ ਆਪਣੇ ਸਟਾਲ ਲਾਏ ਨੇ ਪੰਜਾਬੀ ਕਲਚਰ ਨੂੰ ਉਜਾਗਰ ਕਰਨ ਵਾਸਤੇ, ਪੰਜਾਬੀ ਖਾਣਿਆਂ ਨੂੰ ਅਤੇ ਪੰਜਾਬੀ ਕਿਸਮ ਦੀਆਂ ਕਿਤਾਬਾਂ ਸ਼ੇਰੋ ਸ਼ਾਇਰੀ ਦੀਆਂ ਬੜੀਆਂ ਇਹੋ ਜਿਹੀਆਂ ਚੀਜ਼ਾਂ ਲਾਈਆਂ ਨੇ। ਆਓ ਅੰਦਰ ਜਾ ਕੇ ਅਸੀਂ ਦੇਖਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ ਵੀ ਹਾਂ, ਲੋਕਾਂ ਨਾਲ ਮੁਲਾਕਾਤਾਂ ਵੀ ਕਰਨੇ ਹਾਂ, ਨਾਲੇ ਉਹਨਾਂ ਨੂੰ ਪੁੱਛਣੇ ਵੀ ਹਾਂ ਕਿ ਪੰਜਾਬੀ ਕਲਚਰ ਡੇ ਅੱਜ ਤੁਹਾਨੂੰ ਮਾਂ ਬੋਲੀ ਤਿਉਹਾਰ ਜਿਹਨੂੰ ਅੱਜ ਕਿਹਾ ਜਾਂਦਾ ਦਿਹਾੜ, ਤੁਹਾਨੂੰ ਕਿਵੇਂ ਲੱਗਿਆ। ਆਓ ਮੇਰੇ ਨਾਲ ਚੱਲਦੇ ਹਾਂ ਅਸੀਂ ਅੰਦਰ। ਮੇਲਾ 2024 ਅਤੇ ਰੰਗ ਭਰੰਗੀਆਂ ਪੰਜਾਬੀ ਦੇ ਸ਼ਾਇਰਾਂ ਦੀਆਂ ਦੇਖੋ ਕਿਤਾਬਾਂ ਲੱਗੀਆਂ। ਅਤੇ ਸਾਡੇ ਦਾਦੀਆਂ ਦਾਦੇ ਉਹ ਦਿਨਾਂ ਦੇ ਜਾਣਦੇ ਨੇ, ਅੱਜ ਕੱਲ੍ਹ ਦੇ ਸਾਡੇ ਨਿਊ ਜਨਰੇਸ਼ਨ ਸ਼ਹਿਰੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹਨਾਂ ਨੂੰ ਕੀ ਕਹਿੰਦੇ ਜਾਂਦੇ ਨੇ। ਅਤੇ ਇਹ ਪੱਖੀਆਂ ਦਾ ਹੀ ਇਸਤੇਮਾਲ ਹੁੰਦਾ ਸੀ। ਬੱਕਰੀਆਂ ਦੇਖੋ ਕਿੰਨੀਆਂ ਪਿਆਰੀਆਂ ਖੂਬਸੂਰਤ ਬਣਾਈਆਂ ਗਈਆਂ ਨੇ ਸਾਰੀਆਂ, ਹਰ ਚੀਜ਼ ਇਹ ਦੇਖੋ। ਘੋੜੇ ਵੀ ਕਿੰਨੇ ਕਿੰਨੇ ਪਿਆਰੇ ਖੂਬਸੂਰਤ। ਇਸ ਸਾਈਡ 'ਤੇ ਪੱਖੇ ਅਤੇ ਨਾਲ ਢੋਲ ਡਮਰੂ ਜਿਹਨੂੰ ਅਸੀਂ ਕਹਿੰਦੇ ਬਚਪਨ ਦੇ ਵਿੱਚ, ਇਹ ਡਮਰੂ ਨੇ ਪੱਕੇ ਹਵਾ ਲਏ ਬਣਾ ਬਣਾ ਕੇ ਨਾ ਖੁਦ ਘੁੰਮਦੇ ਸੀ। ਕਿਤਾਬਾਂ ਹੀ ਕਿਤਾਬਾਂ ਦਾ ਮੇਲਾ ਲੱਗਿਆ ਨੇ ਬੱਚਿਆਂ ਦੀਆਂ, ਦੇਖੋ ਜੀ ਬੱਚਿਆਂ ਦੀਆਂ ਕਿਤਾਬਾਂ ਲੱਗੀਆਂ ਨੇ ਪੰਜਾਬੀ ਜ਼ਬਾਨ ਦੇ ਵਿੱਚ। ਟੋਟਲੀ ਜਿੰਨੀ ਵੀ ਪੰਜਾਬੀ ਜ਼ਬਾਨ ਦੇ ਸਾਡੇ ਸ਼ਾਇਰ ਨੇ ਉਹਨਾਂ ਦੀਆਂ ਕਿਤਾਬਾਂ ਨੇ, ਉਹਨਾਂ ਦੇ ਹਰ ਲਿਹਾਜ਼ ਦੀਆਂ ਉਹਨਾਂ ਚੀਜ਼ਾਂ ਲੱਗੀਆਂ ਹੋਈਆਂ ਨੇ ਇੱਥੇ। ਇਹ ਦੇਖੋ ਇੱਧਰ ਅੱਗੇ ਜਨਾਬ, ਸਾਡੇ ਪੰਜਾਬੀ ਤਿਉਹਾਰ ਨੂੰ ਕਲਚਰ ਨੂੰ ਅਪਣਾਉਂਦੇ ਹੋਇਆ ਸਾਡੇ ਗੱਭਰੂ ਜਵਾਨ। ਅਸਲਾਮ ਅਲੈਕੁਮ ਜੀ। ਜੀ ਬਿਸਮਿਲ੍ਲਾ ਜੀ, ਵਾਲੇਕੁਮ ਸਲਾਮ ਜੀ। ਸਰ ਜੀ ਕੀ ਹਾਲ ਹੈ? ਮੈਂ ਬਿਲਕੁਲ ਠੀਕ ਹਾਂ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਮਾਸ਼ਾਅੱਲਾ ਈਵੈਂਟ ਨੂੰ ਕਵਰੇਜ ਕਰ ਰਹੇ, ਤੁਹਾਡਾ ਵੀ ਆਨੰਦ ਹੈ। ਜਬ ਚਮਨ ਮੇਂ ਬਹਾਰ ਆਏ ਤੋ ਹਮੇਂ ਵੀ ਯਾਦ ਕਰਨਾ, ਹਮਾਰਾ ਖੂਨ ਜਿਗਰ ਵੀ ਸ਼ਾਮਿਲ ਹੈ ਇਸ ਗੁਲਸਤਾਂ ਮੇਂ। ਤੁਸੀਂ ਪੰਜਾਬੀ ਰਹਿਤਲ ਆਪਣਾ ਪਿਛੋਕੜ ਆਪਣੇ ਕਲਚਰ ਆਪਣੇ ਕਵਰੇਜ ਦੇ ਰਹੇ ਹੋ, ਮੈਂ ਸਮਝਦਾ ਤੁਹਾਡਾ ਬਰਾਬਰ ਦਾ ਹਿੱਸਾ, ਮੈਂ ਕਾਬਲੇ ਸਤਾਇਸ਼ ਮੈਂ ਤੁਹਾਨੂੰ ਸਲਾਮ ਪੇਸ਼ ਕਰਦਾ। ਸਰ ਜੀ, ਸਾਡੀ ਅੱਜ ਕੱਲ੍ਹ ਦੀ ਨਿਊ ਜਨਰੇਸ਼ਨ ਨੂੰ ਪੰਜਾਬੀ ਪਤਾ ਹੀ ਨਹੀਂ ਹੈ, ਇਹ ਕਿਉਂ ਖਤਮ ਕੀਤੀ ਜਾ ਰਹੀ ਹੈ? ਸਾਡੀ ਮਾਵਾਂ ਸਾਨੂੰ ਪੰਜਾਬੀ ਕਿਉਂ ਨਹੀਂ ਸਿਖਾਉਂਦੀਆਂ? ਦੀ ਵਜ੍ਹਾ ਹੈ ਕਿ ਸਾਡੀ ਜ਼ਿੰਮੇਵਾਰੀ, ਸਾਡੀ ਜਨਰੇਸ਼ਨ ਦੀ, ਸਾਡੇ ਜਿਹੜੇ ਬਾਉਜਦਾਦ ਨੇ ਉਹਨਾਂ ਥੋੜ੍ਹੀ ਜਿਹੀ ਕੁਤਾਹੀ ਵਰਤੀ, ਅਸੀਂ ਇਸ ਵਾਸਤੇ ਫਿਜ਼ੀਕਲੀ ਮੈਦਾਨ ਦੇ ਵਿੱਚ ਉਤਰੇ ਹਾਂ ਜੀ। ਅਸੀਂ ਆਪਣਾ ਟ੍ਰੈਡੀਸ਼ਨਲ ਲਿਬਾਸ, ਆਪਣਾ ਕਲਚਰ, ਆਪਣੀ ਰਹਿਤਲ, ਆਪਣਾ ਪਿਛੋਕੜ ਅਸੀਂ ਉਹ ਇਸ ਟਾਈਮ 'ਤੇ, ਮੈਂ ਸਭ ਨੇ ਆਪਣਾ ਪ੍ਰੈਸ ਕਲੱਬ ਲਾਹੌਰ ਦਾ ਇਸ ਟਾਈਮ ਮਸ਼ਹੂਰ ਹਾਂ, ਜਿੰਨਾ ਮਾਂ ਬੋਲੀ ਦਿਹਾੜ ਦੇ ਉੱਤੇ ਐਡਾ ਪਿਆਰਾ ਪ੍ਰੋਗਰਾਮ ਆਰਗਨਾਈਜ਼ ਕੀਤਾ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਨਸਲਾਂ ਨੂੰ ਇਸ ਟਾਈਮ 'ਤੇ ਇਵੈਂਟ ਹੋਣਗੇ, ਅਸੀਂ ਉਹਨਾਂ ਨੂੰ ਆਸ਼ਨਾ ਕਰਾਂਗੇ, ਉਹਨਾਂ ਨੂੰ ਇਹਦੀ ਕੌਂਸਲਿੰਗ, ਇਹਦੀ ਵਰਕਸ਼ਾਪ ਇਸ ਟਾਈਮ 'ਤੇ ਇਵੈਂਟ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਸਾਡੀ ਯੂਨੀਵਰਸਿਟੀ ਲਿਹਾਜ਼ ਨਾਲ, ਕਾਲਜ ਦੇ ਲਿਹਾਜ਼ ਨਾਲ, ਸਕੂਲ ਦੇ ਲਿਹਾਜ਼ ਨਾਲ, ਦੱਸੋ ਨਾ ਕਿ ਸਾਡੇ ਸਕੂਲ ਦੇ ਵਿੱਚ ਉਹ ਪੰਜਾਬੀ ਨੂੰ ਸਮਝੇ ਨਹੀਂ, ਕਹਿੰਦੇ ਪੰਜਾਬੀ ਬੋਲਣੀ ਨਹੀਂ, ਇੰਗਲਿਸ਼ 'ਚ ਗੱਲ ਕਰੋ ਜਾਂ ਉਰਦੂ 'ਚ ਗੱਲ ਕਰੋ। ਅਸੀਂ ਕੰਤਰੀ, ਮੈਂ ਸਮਝਦਾ ਕਿ 5000 ਸਾਲ ਪੁਰਾਣ ਤੇ ਮੁਰੀਦ ਜਿਹੜੀ ਪੰਜਾਬੀ ਹੈ ਜੀ, ਉਸ ਇਲਾਵਾ ਬਾਬੇ ਬੁੱਲੇ ਸ਼ਾਹ ਦੀ ਪੰਜਾਬੀ, ਬਾਬੇ ਫਰੀਦ ਦੀ ਪੰਜਾਬੀ, ਜਨਾਬ ਸ਼ਾਹ ਹੁਸੈਨ ਦੀ ਪੰਜਾਬੀ, ਉਸ ਇਲਾਵਾ ਦੇ ਫਰੀਡਮ ਫਾਈਟਰ ਗੁੱਲਾ ਭੱਟੀ ਜਨਾਬ, ਉਸ ਇਲਾਵਾ ਊਧਮ ਸਿੰਘ, ਇਹਦੇ ਵਿੱਚ ਭਗਤ ਸਿੰਘ, ਬੜੇ ਬੜੇ ਜਗਤ ਸਿੰਘ ਜਗ੍ਹਾ, ਉਹ ਸਾਰੇ ਫਰੀਡਮ ਫਾਈਟਰ ਸਨ। ਬੜੀ ਰਿਚ ਹਿਸਟਰੀ ਆ, ਅਸੀਂ ਬਿਲਕੁਲ ਨਾ ਸੁਣਾਈ, ਅਸੀਂ ਜਦੋਂ ਇਸ ਟਾਈਮ ਇਵੈਂਟ ਹੋਣਗੇ ਤੁਸੀਂ ਉਹਨਾਂ ਨੂੰ ਆਪਣੇ ਬਾਕੀ ਕਦਰਾਂ ਦਾ, ਮੈਂ ਸਮਝਦਾ ਸਾਡੀ ਕੁੱਤਾ ਜੀ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ। ਉਸ ਤੋਂ ਇਲਾਵਾ ਇੱਕ ਕਾਮੇ ਬਾਲਾ ਜਿਹੜੇ ਨੇ, ਖਾਸ ਤੌਰ 'ਤੇ ਗੌਰਮੈਂਟ ਜਿਹੜੀ ਹੈ, ਉਹਨੂੰ ਵੀ ਇਹਦੇ ਵਿੱਚ ਗੌਰਮੈਂਟ ਆਫ ਪੰਜਾਬ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਔਰ ਆਪਣੇ ਸਿਲੇਬਸ ਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ। ਬਿਲਕੁਲ। ਜਗਤ ਮਾਂ ਬੋਲੀ ਤਿਆਰ ਦੇ ਹਵਾਲੇ ਨਾਲ ਅੱਜ ਇੱਕ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਸਾਡਾ ਲਾਹੌਰ ਪ੍ਰੈਸ ਕਲੱਬ ਜਿਹੜਾ ਉਹ ਸਾਡੇ ਨਾਲ ਸ਼ਾਮਿਲ ਹੈ ਔਰ ਇਸ ਪ੍ਰੋਗਰਾਮ ਨੂੰ ਬੜੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ, ਜਿੱਥੇ ਹਰ ਚੀਜ਼ ਮੈਨੂੰ ਰੋਟੀ ਵੀ ਮਿਲਦੀ, ਕਿਤਾਬਾਂ ਵੀ ਲੱਭ ਰਹੀਆਂ, ਗਾਣਾ ਵੀ ਸਾਨੂੰ ਮਿਲ ਰਿਹਾ, ਹੋਰ ਢੋਲ ਢਮੱਕੇ ਵੀ ਵੱਜ ਰਹੇ ਨੇ, ਇਹਦੇ ਨਾਲ ਸਾਨੂੰ ਅੱਜ ਬੜੀ ਖੁਸ਼ੀ ਹੋਈ ਅਤੇ ਅਸੀਂ ਕਹਿੰਦੇ ਹਾਂ ਇਸ ਖੁਸ਼ੀ ਦੇ ਵਿੱਚ ਮੈਂ ਆਪਣੀ ਮਾਂ ਬੋਲੀ ਦਾ
दो शेर सुना दें। बहुत है कि अखरा विच समुंदर रखा मैं इकबाल पंजाबी दा, अखरा विच समुंदर रखा मैं इकबाल पंजाबी दा, चखड़ा दे विच रख दिता है दीवा बाल पंजाबी दा, ते जेड़े आखन विच पंजाबी रुसत नहीं तहजीब नहीं, पढ़ के वेखन वारस बुल्ला बाहू लाल पंजाबी दा, बाहू लाल पंजाबी। थैंक यू जी। बड़ा शलाघा योग है कि यह मैसेज अगर दुनिया भर च जाएगा। यह जो धुआं एक थान तो उड़ता होंगे उत्थे ही नहीं रहा, धुआं फैलता है, ठीक है कि दूर जाके धुआं पतला हो जाता है पर वह असर जरूर होया और यह होएगा भी, धुआं भी अपना असर करता दूर दूर तक। यह जरा अज अपना पाया रौला पा पंजाबी के हक, पंजाबी के हक हकूक बारे यह जरूर अपना असर दिखाएगा, अज नहीं तो कल जरूर दिखाएगा। धन्यवाद। इस साइड से आए हैं तो इस साइड से माशाल्लाह सानू हर किस्म की पंजाबी आइटम, हर किस्म की पंजाबी चीज़ मिलती जा रही है। इधर साढ़े जनाब देखो जी माशाल्लाह जी, अच्छा पराठे वगैरह, इधर फ्राइज वगैरह ने स्पेशल देखो जी, कुछ सब बिरयानी। इधर देखो जी हूँ इस साइड से बिरयानी है जी, भठोरे चने, इधर चिकन बिरयानी है जी, समोसे है जी, नगट्स है। इस साइड से जनाब साड़ी मेले की पंजाब की सौगात, इनू जनाब कहता जाता है जलेबी मिठास। इधर बारबीक्यू लगी है जी, इस साइड से भी देखो जी। शाम उड़ीका फजर उड़ीका आके दे सारी उम्र उड़ीका, ये था आज का हमारा माँ बोली दिहाड़। आपको कैसा लगा ये आपने हमें कमेंट करके लाजमी बताना। अब दीजिए इजाज़त, अल्लाह हाफिज़।